ਇੰਡੀਅਨ ਟਾਈਮਜ਼ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਵਾਯੂ ਪ੍ਰਦੂਸ਼ਣ ਨੂੰ ਰੋਕਣ ਦੇ ਸੰਬੰਧ ਵਿੱਚ ਕਿਸਾਨਾਂ ਨੂੰ ਫਸਲ ਦੇ ਖੋਲ ਜਲਾਣ ਤੋਂ ਰੋਕਣ ਲਈ ਪ੍ਰੋਤਸਾਹਿਤ ਨਾ ਕਰਨ ਅਤੇ ਇਸ ਦੇ ਲਈ ਜ਼ਰੂਰੀ ਸੁਵਿਧਾ ਪ੍ਰਦਾਨ ਨਾ ਕਰਨ ਲਈ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ। ਜ਼ੋਰ ਦੇ ਕੇ ਇਹ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਰੋਕਣ ਲਈ ਗਰੀਬ ਕਿਸਾਨਾਂ ਉੱਤੇ ਵਿੱਤੀ ਬੋਝ ਨਹੀਂ ਪਾਇਆ ਜਾ ਸਕਦਾ। ਖੁਦ ਨੂੰ ਰੱਬ ਦੱਸਣ ਵਾਲੇ ਗੁਰਮੀਤ ਰਾਮ ਰਹੀਮ ਸਿੰਘ ਦੁਆਰਾ ਬਲਾਤਕਾਰ ਤੋਂ ਪੀੜਿਤ ਦੋ ਮਹਿਲਾ ਸ਼ਿਸ਼ਿਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਉਹਨਾਂ ਦੀ ਮੰਗ ਹੈ ਕਿ ਰਾਮ ਰਹੀਮ ਦੇ ਲਈ 20 ਸਾਲਾਂ ਦੀ ਜੇਲ੍ਹ ਦੀ ਸਜ਼ਾ ਕਾਫੀ ਨਹੀਂ ਹੈ, ਉਸਨੂੰ ਉਮਰ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਹੈ। ਐਸਸੀਡੀ ਦੇ ਨੇਤਾ ਸੁੱਚਾ ਸਿੰਘ ਲਾਂਗਾ ਨੂੰ 9 ਅਕਤੂਬਰ ਤੱਕ ਪੁਲਿਸ ਰਿਮਾਂਡ ਦੇ ਲਈ ਭੇਜਿਆ ਗਿਆ ਹੈ। ਪੰਜਾਬ ਪੁਲਿਸ ਦੇ ਇੱਕ ਮਹਿਲਾ ਕਾਂਸਟੇਬਲ ਨੇ ਆਰੋਪ ਲਗਾਇਆ ਹੈ ਕਿ ਲਾਂਗਾ 2009 ਤੋਂ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਸਦਾ ਯੌਨ ਸ਼ੋਸ਼ਣ ਅਤੇ ਬਲਾਤਕਾਰ ਕਰ ਰਿਹਾ ਸੀ। ਜੇਲ੍ਹ ਵਿੱਚ ਬੰਦ ਡੇਰਾ ਪ੍ਰਮੁੱਖ ਦੀ ਨਿਕਟ ਸਹਿਯੋਗੀ ਅਤੇ ਗੋਦ ਲਿੱਤੀ ਹੋਈ ਬੇਟੀ ਹਨੀਪ੍ਰੀਤ ਇਨਸਾਨ ਨੂੰ 6 ਦਿਨਾਂ ਲਈ ਪੁਲਿਸ ਰਿਮਾਂਡ ਲਈ ਭੇਜਿਆ ਗਿਆ ਹੈ। ਹਰਿਆਣਾ ਪੁਲਿਸ ਦੁਆਰਾ ਰਾਜਦਰੋਹ ਦੇ ਆਰੋਪ ਵਿੱਚ ਮੁਕੱਦਮਾ ਦਰਜ ਕਰਨ ਤੋਂ ਬਾਅਦ ਉਹ 38 ਦਿਨਾਂ ਲਈ ਫਰਾਰ ਹੋ ਗਈ ਸੀ। ਯੂਨੀਅਨ ਫੂਡ ਪ੍ਰੋਸੈਸਿੰਗ ਮਿਨਿਸਟਰ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਕਿਸਾਨ ਸੰਪਰਦਾ ਯੋਜਨਾ ਦੇ ਬਾਰੇ ਦੱਸਿਆ, ਜਿਸ ਵਿੱਚ ਕਿਸਾਨਾਂ ਤੋਂ ਖਾਦਯ ਸੰਸਾਧਨਾਂ ਵਿੱਚ ਵਿਵਿਧਤਾ ਲਿਆਉਣ ਦਾ ਅਨੁਰੋਧ ਕੀਤਾ ਗਿਆ ਹੈ। ਅਗਲੇ 3 ਸਾਲਾਂ ਵਿੱਚ ਯੂਨਿਟ ਲਗਾਉਣ ਲਈ ਦੇਸ਼ ਭਰ ਦੇ ਕਿਸਾਨਾਂ ਨੂੰ 6,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਪ੍ਰਦੁਮਨ ਠਾਕੁਰ ਨਾਮ ਦਾ ਛਾਤਰ ਜਿਸ ਦੀ ਹੱਤਿਆ ਹੋ ਗਈ ਸੀ, ਉਸਦੇ ਪਿਤਾ ਨੇ ਅਗਸਟਿਨ ਫ੍ਰਾਂਸਿਸ ਪਿੰਟੋ ਅਤੇ ਗੁਰਗ੍ਰਾਮ ਦੇ ਰੈਨ ਇੰਟਰਨੈਸ਼ਨਲ ਸਕੂਲ ਦੇ 2 ਹੋਰ ਅਧਿਕਾਰੀਆਂ ਨੂੰ ਦਿੱਤੀ ਗਈ ਅਗਰਿਮ ਜ਼ਮਾਨਤ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਪਿਛਲੇ ਮਹੀਨੇ 7 ਸਾਲ ਦੇ ਪ੍ਰਦੁਮਨ ਆਪਣੇ ਸਕੂਲ ਦੇ ਸ਼ੌਚਾਲਿਆ ਵਿੱਚ ਕੱਟੇ ਹੋਏ ਗਲੇ ਦੇ ਨਾਲ ਮਰਿਆ ਪਾਇਆ ਗਿਆ ਸੀ। ਗੁਰਦਾਸਪੁਰ ਵਿੱਚ ਈਸਾਈ ਸਮੁਦਾਇ ਦੇ ਕਈ ਗੁੱਟਾਂ ਨੇ ਕਬਰਿਸਤਾਨ ਦੀ ਮੰਗ ਨੂੰ ਮਜ਼ਬੂਤੀ ਦੇਣ ਲਈ ਇਕੱਠੇ ਆਉਣ ਦਾ ਫੈਸਲਾ ਕੀਤਾ ਹੈ। ਇਸ ਟਾਈਮ ਕਾਂਗਰਸ, ਬੀਜੇਪੀ ਅਤੇ ਆਮ ਆਦਮੀ ਪਾਰਟੀ ਵੋਟ ਮੰਗ ਰਹੀਆਂ ਹਨ ਅਤੇ ਇੱਥੇ 24% ਮਤਦਾਤਾ ਈਸਾਈ ਹਨ। ਕਾਂਗਰਸ ਸ਼ਾਸਨ ਵਿੱਚ ਤਤਕਾਲੀਨ ਐਸਸੀਡੀ ਬੀਜੇਪੀ ਸਰਕਾਰ ਦੀ ਪ੍ਰਮੁੱਖ ਪਹਿਲ, ਸੇਵਾ ਕੇਂਦਰ ਦਾ ਪੁਨਰ ਗਠਨ ਕੀਤਾ ਜਾ ਸਕਦਾ ਹੈ। ਲੋਕਾਂ ਨੂੰ 153 ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵੇਲੇ 2,146 ਸੇਵਾ ਕੇਂਦਰ ਨੂੰ ਬੰਦ ਕਰਨ ਲਈ ਅਜੇ ਤੱਕ ਕੋਈ ਫੈਸਲਾ ਨਹੀਂ ਲਿੱਤਾ ਗਿਆ ਹੈ। ਨਾਭਾ ਜੇਲ੍ਹਬ੍ਰੇਕ ਕੇਸ ਵਿੱਚ 3 ਆਰੋਪੀਆਂ ਦੇ ਖਿਲਾਫ ਆਰੋਪ ਤੈਅ ਕੀਤੇ ਗਏ ਹਨ। ਪਿਛਲੇ ਸਾਲ 27 ਨਵੰਬਰ ਨੂੰ ਆਪਣੇ 14 ਸਾਥੀਆਂ ਦੀ ਮਦਦ ਨਾਲ ਇਸ ਹਾਈ ਸਿਕਿਉਰਿਟੀ ਜੇਲ੍ਹ ਦੇ 6 ਕੈਦੀ ਫਰਾਰ ਹੋ ਗਏ ਸਨ। 2 ਹਫ਼ਤੇ ਪਹਿਲਾਂ ਸੰਗਰੂਰ ਵਿੱਚ ਪਟਾਕਿਆਂ ਦੇ ਗੋਦਾਮ ਵਿੱਚ ਹੋਏ ਵਿਸਫੋਟ ਵਿੱਚ ਮਾਰੇ ਗਏ 7 ਪੀੜਿਤਾਂ ਦੇ ਪਰਿਵਾਰ ਨੂੰ ਨਾ ਤਾਂ ਕੋਈ ਹਰਜਾਨਾ ਦਿੱਤਾ ਗਿਆ ਅਤੇ ਨਾ ਹੀ ਮੁਫ਼ਤ ਉਪਚਾਰ, ਜਿਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਵਾਅਦਾ ਕੀਤਾ ਗਿਆ ਸੀ। ਐਕਸ਼ਨ ਕਮੇਟੀ ਨੇ ਛੇਤੀ ਹੀ ਐਕਸ਼ਨ ਲੈਣ ਦੀ ਘੋਸ਼ਣਾ ਕੀਤੀ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਕੈਨੇਡਾ ਦੀਆਂ ਮਹੱਤਵਪੂਰਨ ਖ਼ਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।